ਸਫਿਆਂ ਦੀ ਕਾਲ ਆ ਗਈ ਹੈ। ਸਫਿਆਂ ਦੀ ਕਾਲ ਸੁਣਨਾ ਜਾਣਾ ਤੇ ਮੇਲੇ। ਵੈਦਰ ਦੀ ਗੱਲ ਕਰਦੇ, ਮਾਸ਼ਾਅੱਲਾ ਵੈਦਰ ਬੜਾ ਕਮਾਲ ਹੈ। ਸੁਬਾਹ ਦੀ ਫੇਰ ਜਾਣਾ, ਬੂੰਦਾਬਾਂਦੀ ਹੋ ਰਹੀ ਸੀ ਤਾਂ ਹੁਣ ਜਾਣ ਤੇਰਾ ਧੁੱਪ ਧੁੱਪ ਨਿਕਲ ਆਈ ਅਤੇ ਇਹ ਮਾਹੌਲ ਦੇਖਣ ਨੂੰ ਮਿਲਿਆ ਧੁੱਪ ਤੋਂ ਬਾਅਦ, ਬਾਰਿਸ਼ ਤੋਂ ਬਾਅਦ। ਬਿਲਕੁਲ ਸੋਰੀ। ਲੋ ਜੀ ਇੱਥੇ ਜਾਣਾ, ਮੈਂ ਜਲੇਬੀਆਂ ਜਾ ਸਕਦਾ। ਲੋ ਜੀ ਭੱਗ ਦਿਓ, ਮੈਨੂੰ ਜਾਣਾ ਮੈਂ ਤਾਂ ਮੁਦਾ ਜਲੇਬੀਆਂ ਕੱਟ ਕੱਟ ਕੇ ਜਾਣਾ ਮੈਂ। ਹਾਏ ਹਾਏ ਹਾਏ, ਇਹ ਜੀ ਕਿਹਨੇ ਕੋਈ ਸਿੱਧੀਆਂ ਗਾਣੀਆਂ ਨੇ ਲੋੜੇ ਬਾਣੀ ਜਾਣਾ ਬਾਈ ਹੋ। ਨਾਲੇ ਕਹਿੰਦਾ ਮੱਠਾ ਰੱਖ। ਨਹੀਂ ਕੰਮ ਔਖਾ ਹੈ ਨਾ, ਇਹ ਤਾਂ ਅੱਗੇ ਕੱਢੀ ਉਹ ਸਹੀ ਕੱਢੀ ਮੈਂ। ਚੱਲ ਕੋਈ ਨੀ ਗੱਲ, ਇੱਥੇ ਕਿਹੜਾ ਕੋਈ ਕਿਹਨੇ ਕਹਿੰਦਾ ਢੀਂਗੀਆਂ ਨੇ ਸਿੱਧੀਆਂ ਨੇ ਜਾਂ ਸਿੱਧੀਆਂ ਰੁੜ ਦੀ। ਆਹੋ ਇਹ ਜਲੇਬੀਆਂ ਮੇਰੀਆਂ ਨਿਕਲ ਗਈ ਜੀ ਨੇ, ਉਹ ਭਾਅ ਜੀ ਕੱਢੀ ਜਾਣਾ ਭਾਅ ਜੀ, ਜਲੇਬੀਆਂ ਮੇਰੇ ਥੱਜੀਆਂ ਚੱਕ ਕਰੋ। ਹਾਏ ਹਾਏ ਹਾਏ, ਹੈ ਨੀ ਜਲੇਬੀਆਂ ਵਾਲਾ ਸਾਲ, ਚੈੱਕ ਕਰੀ ਹੁਣ ਕੱਚੀਆਂ ਲਾਜੀ ਨਾਲ ਅਸਲਾਮ ਵਾਲੀਕਮ ਗਾਈਜ਼, ਵੈਲਕਮ ਮਾਈ ਯੂਟਿਊਬ ਚੈਨਲ। ਤੋਂ ਗਾਈਜ਼ ਤੋਂ ਕੈਸੇ ਹੈ ਆਪ ਲੋਕ? ਤੋ ਗਾਈਜ਼ ਉਮੀਦ ਕਰਦਾ ਕਿ ਆਪ ਲੋਕ ਠੀਕ ਠਾਕ ਹੋਣਗੇ, ਤੁਹਾਡੀ ਦੁਆਨਾ ਮੈਂ ਵੀ ਠੀਕ ਠਾਕ। ਕੌਣ ਸਾ ਬਾਈ ਜਾਨ? ਪੱਕੀ ਬਾਤ ਹੈ, ਪੱਕੀ ਬਾਤ ਹੈ। ਆਪ ਬਤਾ ਦੇ ਕੌਣ ਸਾ ਵਰਡ ਯੂਜ਼ ਕਰੇ ਹਮ, ਸੋਚਣਾ ਦੇ ਪਹਿਲੇ। ਚਲੋ ਡਾਇਲੋਗ ਸਾਨੂੰ ਦੱਸੋ ਕੋਈ, ਤੇ ਬਾਕੀ ਜਾਣ ਵੈਲਕਮ ਹੋਗਾ ਤੁਹਾਡਾ ਅੱਜ ਦੇ ਵਲੋਗ ਉੱਤੇ। ਤੇ ਗਾਈਜ਼ ਤੈਨੂੰ ਕਹਿੰਦਾ ਖਾਂਦਾ ਪਿਆ ਬਾਈ ਜਾਨ, ਕੋਈ ਤਾਂ ਗੱਲ ਹੈ ਦੱਸੋ। ਚਲੋ ਤੇ ਬਾਕੀ ਮੇਲਾ ਸੀ, ਮੇਲੇ ਜਾਣਾ ਸੀ ਤਕਰੀਬਨ ਦਾ ਸਫ਼ਰ ਕਰ ਆਇਆ ਤੇ ਸਾਹਮਣੇ ਮੇਲਾ। ਤੇ ਮੇਲੇ ਤੋਂ ਪਹਿਲਾਂ ਤੁਹਾਨੂੰ ਮਾਹੌਲ ਦਿਖਾਈਏ ਕੋਈ, ਪਹਿਲਾਂ ਤਾਂ ਭਾਈ ਥਰੂ ਦਾ ਮਾਹੌਲ ਦੇਖੋ ਕਿੰਨੀ ਦੇਰ ਦਾ ਹਾਈਟ ਹੈ। ਛਾਲ ਮਾਰ ਦਰ ਆਉਣਗੇ, ਤੂੰ ਮਾਰ ਆਉਣਗੇ ਬੱਚੇ ਨੂੰ ਕਾਹਨੂੰ ਮਰਵਾਉਣਾ। ਬਾਕੀ ਜਿਹੜੀ ਚੀਜ਼ ਖਾਣੀ ਆ ਉਹ ਦੇਖੋ, ਬਾਕੀ ਛੱਡੋ ਕਿਟੋ ਪਾੜੀਆਂ ਸੈਡ ਤੇ ਛੱਡੋ। ਆਹ ਮਾਹੌਲ ਚੈੱਕ ਕਰ ਯਾਰ, ਆਫ ਚੈੱਕ ਕਰ, ਹੈਂ ਨੇਚਰ ਚੈੱਕ ਕਰ। ਤੁਹਾਡਾ ਪਿੰਡ ਆ ਯਾਰ, ਉੱਧਰ ਛੱਡ ਇੱਧਰ ਦੇਖ ਤੂੰ, ਬਾਕੀ ਗੱਲ ਛੱਡ। ਮੀਆਂ ਮੀਆਂ ਨਹੀਂ ਤੁਹਾਨੂੰ ਦਿਖਾਈਏ ਭਾਅ ਜੀ, ਇਸ ਟਾਈਮ ਨਾ ਰਾਤ ਤੋਂ ਬਾਅਦ ਕੱਲ੍ਹ ਹੀ ਬਲਕਿ ਬਾਰਿਸ਼ ਹੋ ਰਹੀ ਹੈ, ਬਰਸਾਤ ਦੇ ਦਿਨ ਚਾਰੇ ਕਹਿੰਦਾ। ਅਤੇ ਧੁੱਪ ਛੁੱਪ ਨਿਕਲਿਆ, ਧੁੱਪ ਨਿਕਲਣ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਭਾਅ ਜੀ। ਸਾਹਮਣੇ ਪਹਾੜੀਆਂ ਜੰਮੂ ਕਸ਼ਮੀਰ ਦੀਆਂ, ਜ਼ੂਮ ਕਰਕੇ ਦਿਖਾਉਂਦਾ ਐਵੇਂ ਜਿਵੇਂ ਇਸਲਾਮਾਬਾਦ ਨੇ ਪਹਾੜੀਆਂ ਨੇ। ਕੀ ਆਉਂਦਾ? ਨਹੀਂ ਹੈ ਨਹੀਂ ਹੁੰਦੀ, ਅਸੀਂ ਉੱਥੇ ਪਹਾੜੀਆਂ 'ਤੇ ਵੀ ਗਏ ਹਾਂ ਪਰ ਉਹ ਚਸ ਨਹੀਂ ਆਈ ਜੋ ਇੱਥੋਂ ਆਪਣੀ ਨੇਚਰ ਦੇਖਣ ਦੀ ਹੈ ਯਾਰ। ਜੋ ਵੀ ਆ ਚਸ ਤਾਂ ਹੈ ਨਹੀਂ ਉੱਥੇ, ਉਹ 'ਚ ਫੀਲ ਨਹੀਂ ਆਉਂਦਾ ਜੋ ਇੱਥੇ ਫੀਲ ਆਉਂਦਾ। ਮਾਸ਼ਾਅੱਲਾ ਚੈੱਕ ਕਰੋ, ਜ਼ੂਮ ਕਰਕੇ ਦਿਖਾਉਣਾ। ਬਿਸਮਿਲ੍ਲਾ ਰਹਿਮਾਨ ਰਹੀਮ, ਮਾਸ਼ਾਅੱਲਾ। ਓਏ ਹੋਏ ਸਹੀ ਜਿਹੜੇ ਥਾਂ ਕਹਿ ਸਕਦੇ ਕੋ, ਇਸਲਾਮਾਬਾਦ ਪਹਾੜੀਆਂ ਵੀ ਜਾਣਾ ਥਾਂ ਨਹੀਂ, ਸਾਫ਼ ਸੁਥਰੀ ਅਤੇ ਜਾਂ ਮਾਹੌਲ ਜੋ ਇੱਥੇ ਮਾਹੌਲ ਨਜ਼ਰ ਆ ਰਿਹਾ। ਬਾਕੀ ਆਏ ਹਾਏ ਕਮਾਲ, ਮਾਸ਼ਾਅੱਲਾ। ਉਧਰੋਂ ਸੂਰਜ ਗਰੂਪ ਹੋਣੇ ਤਿਆਰ ਆ, ਉਧਰੋਂ ਮੁੰਡਾ ਤਲਹਾ ਅਤੇ ਮੁੰਡਾ ਸਫਿਆਨ। ਮੈਂ ਜਾ ਰਿਹਾ ਭਾਅ ਜੀ ਮੇਲੇ, ਚਲੋ ਮੇਲੇ ਚੱਲਿਆ ਤੁਹਾਨੂੰ ਇੰਜੋਏ ਕਰਨ। ਅਸਲ ਜੇ ਨਾ ਬਾਕੀ ਹੈ ਨਾ ਆਪਣੇ ਫੋਨ 'ਤੇ ਦੱਸਣਾ ਤੁਹਾਨੂੰ ਇਹ, ਤਾਂ ਮੈਂ ਚਵਲ ਦੇ ਫੋਨ 'ਤੇ ਚਵਲਾਂ ਮਾਰਦਾ, ਮੈਂ ਚਲੋ ਆਪਣੇ ਫੋਨ 'ਤੇ ਦਿਖਾਉਣਾ ਉਹ ਕਲੀਅਰ ਦਿਖਾਉਂਦਾ। ਇਹ ਵੈਸੇ ਮੈਂ ਚਲੋ ਇਹਦਾ ਫੋਨ 'ਤੇ ਜਾ ਕੇ ਆਪਣੇ ਫੋਨ 'ਤੇ ਮੈਂ ਜਿਹੜਾ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਕਿਵੇਂ ਕਲੀਅਰ ਦਿਖਾਉਂਦਾ। ਚਲੋ ਇਹ ਦੇਖੋ ਅੱਜ ਮੈਂ ਦਿਖਾਉਣਾ ਤੁਹਾਨੂੰ ਲਾਈਵ, ਲਾਈਵ ਚੈੱਕ ਕਰੋ, ਚੈੱਕ ਕਰੋ। ਓਏ ਹੋਏ ਓਏ ਹੋਏ, ਮਾਸ਼ਾਅੱਲਾ ਚੈੱਕ ਕਰੋ। ਓਏ ਹੋਏ ਹੋਏ ਹੋਏ, ਹਾਏ 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 ਹਾਏ, ਪਹਾੜੀ ਚੈੱਕ ਕਰੋ ਮਾਸ਼ਾਅੱਲਾ। ਕੀ ਕਹਿ ਰਹੇ ਅਫਸਰ, ਉਹ ਤੁਹਾਡੀ ਪਾਰਟੀ ਰਹਿੰਦੀ ਹੈ? ਇਹ ਐਕਸ ਆਰ ਜੇ, ਇਹ 11 ਜੇ, ਦੋਨੇ ਤੁਹਾਨੂੰ ਕਲਿੱਪ ਦੇਖਣ ਨੂੰ ਮਿਲਦੇ ਹੋਣਗੇ, ਤੁਸੀਂ ਆਪ ਡਿਸਾਈਡ ਕਰਨਾ ਵੀ ਕਿਹੜਾ ਖੂਬਸੂਰਤ ਹੈ। ਕਿਹਾ ਮੈਂ ਖੂਬਸੂਰਤ ਹਾਂ,
ਬਾਕੀ ਟਾਈਮ ਚ ਬਹੁਤ ਸ਼ਾਰਟ ਟਾਈਮ ਦਾ ਸੀ ਟਾਈਮ ਦਾ ਸੀ ਟਾਈਮ ਦਾ ਸੀ 6:36 ਸਾਢੇ 6 ਯਾਨੀ ਕਿ ਤੇ ਫਟਾਫਟ ਅੱਧਾ ਘੰਟਾ ਰਹਿ ਗਿਆ ਫਿਰ ਆਉਣਾ ਹੀ ਨਹੀਂ ਉਹਨੇ ਫਿਰ ਸ਼ਾਮ ਪੈਣੀ ਫਿਰ ਵਾਪਸ ਆਉਣੇ ਪੈਣਾ ਫਿਰ ਜਾਣਾ ਮਿਲਾਂ ਜੋਏ ਕਰਨੇ ਆ ਕੀ ਆਉਂਦਾ ਚਲਾ ਜਾਓ ਬਾਕੀ ਵੈਦਰ ਕਮਾਲ ਦਾ ਧਮਾਲ ਦਾ ਉਹ ਹੋਏ ਕੂੰ 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 ਇਹ ਪਤਾ ਨਹੀਂ ਕੌਣ ਕਿਹੜਾ ਪਰਿੰਦਾ ਪਸੰਦੀਦਾ ਅਲਹਮਦੁਲਿਲਾ ਜੀ ਮੇਲੇ ਪਹੁੰਚ ਗਏ ਹਾਂ ਇਸ ਮੇਲੇ ਨਾ ਇਸ ਦਰਬਾਰ ਦੇ ਦੋ ਮੇਲੇ ਹੁੰਦੇ ਨੇ ਇੱਕ ਨੈਕਸਟ ਸੰਡੇ ਇੱਕ ਇਸ ਸੰਡੇ ਜਾਨੀ ਅਗਲੇ ਜਿਹੜਾ ਮੇਲਾ ਥੋੜ੍ਹਾ ਮੇਲਾ ਅਗਲਾ ਮੇਲਾ ਥੋੜ੍ਹਾ ਵੱਡਾ ਹੁੰਦਾ ਨਾਲੇ ਕਬੱਡੀ ਕਬੱਡੀ ਹੁੰਦੀ ਹੈ ਇਸ ਮੇਲੇ ਜਿਹੜਾ ਨਾਰਮਲ ਨਿਜ਼ਾਮ ਰਹਿੰਦਾ ਅਤੇ ਚੱਲਦੇ ਹਾਂ ਦੇਖਣਾ ਕੀ ਸੂਰਤ ਹਾਲ ਹੈ ਅਲਹਮਦੁਲਿਲਾ ਜੀ ਘੜੇ ਇੱਥੇ ਲਾਈਏ ਪਾਰਕਿੰਗ 'ਚ 235 ਨੰਬਰ ਜਾਣ ਬਾਕੀ ਮੇਲਾ ਇੰਜੋਏ ਕਰਨੇ ਆ ਅਲਹਮਦੁਲਿਲਾ ਜੀ ਮੇਲੇ ਇੰਟਰ ਹੋਏ ਹਾਂ ਹੁਣ ਸਿੱਧਾ ਚੱਲਣਾ ਦਰਬਾਰ 'ਤੇ ਉੱਧਰ ਜਾਣਾ ਤੁਹਾਨੂੰ ਮਾਹੌਲ ਦਿਖਾਉਂਦੇ ਹਾਂ ਬਾਕੀ ਇੱਥੇ ਮੇਥੇ ਜਲੇਬੀਆਂ ਦੁਕਾਨਾਂ ਹਾਂਜੀ ਕੋਈ ਲੈਣ ਤਾਂ ਖਿਲਾ ਵੀ ਦਿਆ ਕਰੋ ਕੁਛ ਜਲੇਬੀਆਂ ਕੱਢੇ ਤਾਂ ਤੁਹਾਡੇ ਸਾਹਮਣੇ ਵੀ ਸ਼ਰਮ ਹੋਵੇ ਖਿਲਾ ਦੇਣਾ ਬੰਦਾ ਸਹੀ ਹੈ ਲੋ ਜਿਹਾ ਕੋਈ ਇੰਡੀਆ ਦੇ ਦੌਰ ਦਾ ਕੋਈ ਮੰਦਿਰ ਮੁੰਦਰ ਹੈ ਹਿਸਟੋਰੀਕਲ ਚੀਜ਼ਾਂ ਨੇ ਕੋਈ ਉੱਧਰ ਕੋਈ ਮੰਦਿਰ ਇੰਡੀਆ ਦੇ ਜਾਣ ਦੌਰ ਦਾ ਇੱਧਰ ਵੀ ਹਿੰਦੂਆਂ ਦਾ ਮੰਦਿਰ ਉਹ ਵੀ ਹਿੰਦੂਆਂ ਦਾ ਮੰਦਿਰ ਹਿੰਦੂਆਂ ਦੌੜ ਦਾ ਸਾਹਮਣੇ ਦਰਬਾਰ ਦਰਬਾਰ ਤੇ ਦੁਆ ਸ਼ੁਆ ਕਰਨੇ ਆ ਪਰ ਇੰਡੀਆ ਦਾ ਥੋੜ੍ਹਾ ਜਾਣਾ ਫਿਰ ਉਹ ਲੈਣਾ ਉਹਦੇ ਤੁਹਾਨੂੰ ਜਾਣਾ ਦਹਾਨੇ ਥੋੜ੍ਹਾ ਜਾਣਾ ਕੀ ਸੂਰਤ ਵਾਲਾ ਇੱਥੇ ਸਾਡੇ ਲੋਕ ਜਿਹਨਾਂ ਸਾਹਮਣੇ ਵੈਦਰ ਇੰਜੋਏ ਕਰਦੇ ਪੈਣ ਵਾਲੇ ਆ ਸਾਹਮਣੇ ਆਉਣ ਇੰਡੀਆ ਦੇ ਸਾਨੂੰ ਦੂੰਕਰ ਖਾਣਾ ਖੰਬੇ ਵਗੈਰਾ ਸਾਨੂੰ ਤਾਂ ਬਿਲਕੁਲ ਕਲੀਅਰ ਨਜ਼ਰ ਆਉਣਾ ਫੋਨ 'ਚ ਨਹੀਂ ਕਲੀਅਰ ਆ ਰਹੇ ਪਹਾੜੀਆਂ ਅੱਗੇ ਪਿੱਛੋਂ ਪਹਾੜੀਆਂ ਦੇ ਘਰ ਵੈਦਰ ਕੋਈ ਇੱਕ ਗਾਉਣ ਲੱਭੇਗਾ ਇੰਡੀਆ ਦਾ ਪਤਾ ਨਹੀਂ ਨਜ਼ਰ ਆ ਰਿਹਾ ਇਹਨੂੰ ਇਹ ਕਹਿੰਦਾ ਸਾਡਾ ਪਿੰਡ ਹੈ ਚੌਲਾਂ ਮਾਂਡੀਆ ਕਹਿੰਦਾ ਸੁੱਕੀਆਂ ਅਤੇ ਮੇਰੇ ਸਾਹਮਣੇ ਇੰਡੀਆ ਦਾ ਕੋਈ ਗਾਉਂ ਹੈ ਅਤੇ ਬਾਕੀ ਜੰਗਲ ਜਾ ਰਹੇ ਇੱਦਾਂ ਸਾਰੇ ਜਿਹੜੇ ਬੱਚੇ ਬਚਪਨ 'ਚ ਮਿੱਟੀ ਖਾਂਦੇ ਨੇ ਜਾਂ ਕਿ ਥੱਲੋਂ ਮਿੱਟੀ ਚੁੱਕ ਚੁੱਕ ਖਾਂਦੇ ਨੇ ਉਹਨਾਂ ਵਾਸਤੇ ਇੱਥੋਂ ਦੀ ਮਿੱਟੀ ਜਿਹੜਾ ਮਸ਼ਹੂਰ ਹੈ ਮਿੱਟੀ ਇੱਥੇ ਪੁੱਟ ਪੁੱਟ ਖਿਲਾਉਂਦੇ ਨੇ ਮਿੱਟੀ ਉਹ ਖਾ ਲਏ ਬੱਚਾ ਔਰ ਮਿੱਟੀ ਨੂੰ ਹੱਥ ਲੈਗਾ ਇਹੀ ਮਿੱਟੀ ਖਾਏਗਾ ਇਹੀ ਨਹੀਂ ਖਾਏਗਾ ਉਸ ਮਿੱਟੀ ਖਾਣੀ ਛੱਡ ਦੇਗਾ ਇਹੋ ਜਿਹੀ ਮਿੱਟੀ ਹੈ ਅੱਜ ਮੇਲਾ ਛੋਟਾ ਨਹੀਂ ਤਾਂ ਇੱਥੇ ਜਾਣ ਲੈਣ ਲੱਗੀ ਹੁੰਦੀ ਮਿੱਟੀ 10-10-20 ਰੁਪਏ ਮਿੱਟੀ ਖਰੀਦੋ ਅਤੇ ਬੱਚਿਆਂ ਦੇ ਹੱਥ ਖਿਲਾਓ ਅਤੇ ਬੱਚੇ ਜਾਣ ਮਿੱਟੀ ਖੀਰੀ ਛੱਡ ਛੱਡ ਦੇਣਾ ਬਾਕੀ ਇਹਨੇ ਬਚਪਨ ਬਥੇਰੀ ਖਾਂਦਾ ਰਹੇ ਇਹਨੂੰ ਇੱਥੋਂ ਖਿਲਾਈ ਤਾਂ ਹੁਣ ਯਾਰ ਠੀਕ ਹੈ ਨਿਜ਼ਾਮ ਇਹਦਾ ਹੈਨਾ ਇੱਥੋਂ ਤਾਂ ਹੁਣ ਛੁਆਈ ਨੇ ਤੂੰ ਛੱਡਦਾ ਨਹੀਂ ਰਿਹਾ ਮੇਰੇ ਕੋਲ ਵੀਡੀਓ ਹੈ ਤਾਂ ਹੀ ਹੈ ਨੀ ਮਨ ਪਾ ਆਹੋ ਵਾਹ ਕੇ ਅਗਲੇ ਦਿਨ ਪਧਾਇਆ ਜਾ ਮੈਂ ਯਾਰ ਗੁਰਦੀ ਮੇਰੀ ਕਹਿ ਦਿੰਦਾ ਹੈਨਾ ਭੁੱਖ ਜਿਹੜੀ ਕਾਫੀ ਜ਼ਿਆਦਾ ਲੱਗੀ ਸੀ ਮੈਂ ਮੁੰਡੇ ਨੇ ਤਲਹਾਨੇ ਗੋਲਗੱਪੇ ਖਲਾਈ ਜਿੱਦੂ ਇਹ ਇੰਜ ਭੁੱਖੇ ਰਹਿੰਦਾ 24 ਘੰਟੇ ਬਿਸਮਿਲਲਾਹਿਰਰਹਿਮਾਨਿਰਰਹੀਮ ਉਹ ਜੀ ਭਾਅ ਜੀ ਗੋਲਗੱਪਾ ਮੂੰਹ 'ਚ ਪਾਣੀ ਆ ਰਿਹਾ ਪੂਰਾ ਪੂਰਾ ਹਾਂਜੀ ਕਮੇਡੀਅਨ ਕਾਰਡ ਹੈ ਪਕੌੜਿਆਂ ਦੇ ਕੋਲ ਕਾਉਲੇ ਦਿਨ ਸਾਜ ਕੀ ਹਾਲ ਜੇ ਪਾਏ ਕੌੜੇ ਨੇ ਪਾਏ ਕਰਦੇ ਪਕੌੜੇ ਜਲੇਬੀਆਂ ਉਹਨੂੰ ਪਤਾ ਦਿਲ ਕਰਦਾ ਪਾਏ ਕਰ ਦਿਓ ਇੱਧਰ ਭਾਅ ਜੀ ਫੋਟੋ ਸਟੂਡੀਓ ਹੈ ਜਦੋਂ ਫੋਟੋ ਛੋਟਾ ਮਿਸਤਰੀ ਕਰਾ ਕੇ ਉੱਥੋਂ ਗੈਂਡ ਕਢਾ ਸਕਦੇ ਪੰਜਾਂ ਮਿੰਟਾਂ ਦੇ ਵਿੱਚ ਹੁਣ ਅਸੀਂ ਕਿਸ ਸਾਈਡ ਦੇ ਬਹਿ ਗਏ ਪਕੌੜੇ ਅਤੇ ਜਲੇਬੀਆਂ ਖਾਣੇ ਆ ਘਾਹ ਦੇ ਉੱਤੇ ਬਹਿ ਗਏ ਪਕੌੜੇ ਅਤੇ ਜਲੇਬੀਆਂ ਲਿਆਉਂਦੀਆਂ ਨਾ ਜਲੇਬੀਆਂ ਖਾਏਗਾ ਸੁਫਿਆਨ ਮੈਂ ਖਾਵਾਂ ਪਕੌੜੇ ਦੂਸ ਬੜੀ ਪਹਿਲਾਂ ਮੈਂ ਵੀਡੀਓ ਬਣਾਈ ਬਣੀ ਗਈ ਪਸੰਦ ਕਰ ਐਪਲ ਵਾਚ ਲੈਣੀ ਹੈ ਅੱਗੇ ਸੀਖੋ ਕੀ ਲੈਣੀ ਹੈ ਚਾਈਨਾ ਲੈਣੀ ਹੈ ਇਹ ਵਾਲੀ ਕਹਿੰਦੇ ਲੈਣੀ ਆ ਆਲਾ ਦੇ ਉਹ ਤੇਰਾ ਸ਼ੌਂਗ ਕਦੀ ਵੇਖੀ ਮੇਰੇ ਪਪੈਰੇ ਆਹੋ ਕਦੋਂ
ਕੜੀ ਦਹਾਈ ਵਾਲਿਆਂ ਵਾਲੀ ਕੱਢ ਕੇ ਦੇਖ ਸਹੀ ਖੋਲ ਹਾਂ ਉਹ ਖੋਲ ਹਾਂ ਕੱਢੇ ਕੋਈ ਕੜੀ ਨਹੀਂ ਲਟਮ ਚੱਲਦੇ ਵੇ ਉਹ ਕਿਉਂ ਗਿਆ ਡਾਨੇ ਕੋੜ ਕੇ ਦੇਖਣੇ ਹੈ ਚੱਲ ਫਿਰ ਫੜ ਜਾ ਆਏ ਤੇਰਾ ਵੀ ਕੋਈ ਕਾਜੀ ਕਿੰਨੇ ਪੈਸੇ ਜਾਂਦੇ ਯਾਰ ਕੋਈ ਪਿਆਰ ਨੂੰ ਬਦ ਕਰਕੇ ਦਿਖਾ 20 ਰੁਪਏ ਪਿਆਰ ਹੋਰ ਪਹੁੰਚਾ ਜੀ ਖਬਰ ਦੇ ਘਰ ਉਹ ਮਸਾਲਾ ਥੋੜੇ ਬਾਂਡੇ ਚਾਟ ਵਾਲੀ ਦੁਕਾਨ ਤੇ ਉਹ ਸਾਈਡ ਤੇ ਹੋ ਭਾਜ ਤੁਸੀਂ ਖਾਣੇ ਚਾਟ ਕਾਜੀ ਜੇ ਘੱਟ ਦੇਖਿਓ ਫੁੱਲ ਤੇ ਇਹਦੇ ਕਿਉਂ ਅੱਖਾਂ ਹੈਂ ਪਾੜੇ ਮੇਲਾ ਜੋ ਆਏ ਘਰ ਪੂਰਾ ਦਰਗਾਹ ਗਰਗਾਹਾਂਗੇ ਕਿਉਂ ਚਮਚੇ ਦੋ ਦੇ ਫੜ ਹੈ ਸਹੀ ਬਸ ਫੜ ਵਾਂਢੇ ਪੂਰੀ ਕਰਨੀ ਹੈ ਫੜ ਸਹੀ ਮੈਂ ਤਾਂ ਖਾਵਾਂ ਬਿਸਮਿਲ੍ਲਾਹ ਰਹਿਮਾਨ ਰਹੀਮ ਅਲਹਮਦੁਲਿਲਾ ਮੇਲਾ ਦੇ ਕਾਲਿਆ ਅੰਜਵਾਏ ਹੁਣ ਚੱਲੀਏ ਮੋਟਰ ਕੱਢੀਏ ਦਾ ਘਰ ਨੂੰ ਲਾ ਕੋਲੀਏ ਮਾਸ਼ਾਅੱਲਾ ਜੀ ਅਗਰ ਖੂਬਸੂਰਤ ਨਾਈਟ ਕਿਆਤਾ ਮੌਸਮ ਜਿਹੜਾ ਨਿਜ਼ਾਮ ਬਚੇ ਦਾ ਲਾਲ ਲਾਲ ਬਲੈਕ ਬਲੈਕ ਵਾਈਟ ਵਾਈਟ ਜਿਹੜਾ ਮਿਕਸ ਨਿਜ਼ਾਮ ਹੋ ਗਿਆ ਤੇਰੇ ਭਾਅ ਜੀ ਅਤੇ ਵਾਮ ਜਾਈ ਜਾਂਦੀ ਪਿਆ ਮੇਲਾ ਇੰਜੋਏ ਕਰਨ ਦੱਸੇ ਜਾਂਦੇ ਮੈਂ ਰਿਟਰਨ ਵਾਪਸ ਦਹੀਂ ਭੱਲੇ ਕਰੀਮ ਚਾਟ ਖਿੱਚ ਕੇ ਆਉਂਦਾ ਪਿਆ ਅਸੀਂ ਜਾਣਾ ਖਿੱਚੀ ਫਟਾਫਟ ਭਾਅ ਜੀ ਪਹੁੰਚੇ ਸ਼ਹਿਰ ਖਾਣੇ ਪੀਣੇ ਭਾਈ ਜਾਣ ਦੋ ਕੁਲਫੀਆਂ ਦਿਓ ਵੱਡੀਆਂ ਹੀ ਵੱਡੀਆਂ ਇੱਕ ਨੂੰ ਨਾ ਲਾਇਓ ਮੈਂ ਇੱਕ ਨੂੰ ਨਾ ਲਾਇਓ ਔਰ ਛੱਡ ਦੇ ਇਹਦਾ ਕੱਲ੍ਹ ਫੋਨ ਲੈਂਦਾ ਸੀ ਇੱਥੇ ਜਾਣਾ ਜੀਮੇਲ ਵਗੈਰਾ ਲਗਾ ਕੇ ਅਤੇ ਵਟਸਐਪ ਵਗੈਰਾ ਓਪਨ ਕਰ ਰਿਹਾ ਇੱਥੇ ਬਹਿ ਗਿਆ ਨਾ ਵਟਸਐਪ ਦੁਕਾਨ 'ਤੇ ਬਹਿ ਕੇ ਪਿੰਨ ਨਹੀਂ ਆਇਆ ਥੋੜ੍ਹੇ ਜਿਹੇ ਗਰੀਬ ਆ ਨਾ ਪਿੰਨ ਫੋਨ ਇੱਥੇ ਲਿਆ ਕੇ ਓਪਨ ਇੱਥੇ ਨੂੰ ਸੁਪਾ ਕੇ ਅਤੇ ਜੀਮੇਲ ਲਗਾ ਕੇ ਨਾ ਮੈਂ ਇੱਥੇ ਬਣਾ ਲਿਆ ਬਾਬਾ ਜੀ ਵਟਸਐਪ ਵਗੈਰਾ ਜਾਣਾ ਫਿਰ ਉਹ ਚੱਲਿਆ ਪਿੱਛੇ ਘਰ ਨੂੰ ਅਤੇ ਸ਼ਾਇਦ ਜੀ ਪਹੁੰਚਿਆ ਜੀ ਘਰ ਅਤੇ ਵੀਡੀਓ ਇੱਥੇ ਐਂਡ ਕਰਨਾ ਮੇਰੀ ਕਰਨਾ ਵੀਡੀਓ ਪਸੰਦ ਆਈ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਫੇਸਬੁੱਕ ਦੇਖਦੇ ਪਿਓ ਯੂਟਿਊਬ ਚੈਨਲ ਸਾਡੇ ਜਾਵੇ ਸਬਸਕ੍ਰਾਈਬ CSR ਓਫੀਸ਼ੀਅਲ ਸਕਰੀਨ 'ਤੇ ਸ਼ੋਅ ਹੁੰਦਾ ਹੈਗਾ ਫਸਟ ਕਮੈਂਟ 'ਤੇ ਵੀ ਮੈਂ ਲਿੰਕ ਦੇ ਦਾਂਗਾ ਆਪਣੇ ਚੈਨਲ ਦਾ ਜਾ ਕੇ ਸਬਸਕ੍ਰਾਈਬ ਕਰੋ ਵੀਡੀਓ ਵਾਚ ਕਰੋ ਮਜ਼ਾ ਆਏਗਾ ਮਿੱਠਾ ਕਮੈਂਟ ਵੀ ਕਰ ਦਿਓ ਲਵ ਯੂ ਅੱਠਾ ਕੁੜੀ ਅੱਲਾ ਹਾਫਿਜ਼ ਬਾਏ ਬਾਏ ਬਾਏ।